ਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕੈਬਨਟ ਦੇ ਵਿਸਥਾਰ ਨਾਲ ਜੁੜੀ ਹੋਈ ਹੈ ਪੰਜਾਬ ਕੈਬਨਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਹਾਲੇ ਵੀ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੋਈ ਸਹਿਮਤੀ ਹੈ ਜਿਹੜੀ ਉਹ ਬਣਦੀ ਨਜ਼ਰ ਨਹੀਂ ਆ ਰਹੀ ਇੱਕ ਦੋ ਨਾਵਾਂ ਨੂੰ ਲੈ ਕੇ ਕਹਿੰਦੇ ਪੇਚ ਜਿਹੜਾ ਫਸਿਆ ਹੋਇਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਿੰਨ ਦਿਨਾਂ ਦੇ ਵਿੱਚ ਚੌਥੀ ਵਾਰ ਦਿੱਲੀ ਨੂੰ ਗਏ ਨੇ ਅੱਜ ਤੜਕੇ ਹੀ ਚਰਨਜੀਤ ਸਿੰਘ ਚੰਨੀ ਵਾਪਸ ਮੁੜੇ ਸੀ ਕੱਲ ਸ਼ਾਮ ਨੂੰ ਉਹ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ ਤੇ ਰਾਤ 2 ਵਜੇ ਤੱਕ ਮੀਟਿੰਗ ਚੱਲੀ ਉਸ ਤੋਂ ਬਾਅਦ ਚੰਨੀ ਅੱਜ ਤੜਕੇ ਹੀ ਮੁੜੇ ਸੀ ਤੇ ਹੁਣ ਫੇਰ ਉਹਨਾਂ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਚੰਨੀ ਨੇ ਦਿੱਲੀ ਵੱਲ ਨੂੰ ਚਾਲੇ ਨੇ ਜਿਹੜੇ ਉਹ ਪਾਦਤੇ ਨੇ ਪਰ ਹਾਲੇ ਤੱਕ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਸਹਿਮਤੀ ਹੈ ਜਿਹੜੀ ਉਹ ਨਹੀਂ ਬਣੀ ਹਾਲਾਂਕਿ ਇਹ ਚਰਚਾ ਜਿਹੜੀ ਇਹ ਖਬਰਾਂ ਮਿਲੀਆਂ ਸੀ ਕਿ ਰਾਤ ਜਿਹੜੀ 2 ਵਜੇ ਤੱਕ ਬੈਠਕ ਚੱਲੀ ਹੈ ਰਾਹੁਲ ਗਾਂਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ रावत ਦੇ ਵਿਚਕਾਰ ਉਹਦੇ ਵਿੱਚ ਤਕਰੀਬਨ ਤਕਰੀਬਨ ਨਾਮ ਨੇ ਜਿਹੜੇ ਉਹ ਫਾਈਨਲ ਹੋ ਚੁੱਕੇ ਨੇ ਕਿੰਨਾ ਨੂੰ ਕੱਢਿਆ ਜਾਣਾ ਹੈ ਤੇ ਕਿੰਨਾ ਨੂੰ ਨਵਾਂ ਐਂ ਨਵੀਂ ਐਂਟਰੀ ਹੈ ਜਿਹੜੀ ਉਹ ਕੈਬਨਿਟ ਦੇ ਵਿੱਚ ਦੇਣੀ ਹੈ ਮਨਜ਼ੂਰੀ ਮਿਲ ਚੁੱਕੀ ਹੈ ਇਹ ਖਬਰਾਂ ਸਾਹਮਣੇ ਆਈਆਂ ਸੀ ਪਰ ਹੁਣ ਫੇਰ ਇਹੋ ਜਿਹਾ ਕੀ ਹੋ ਗਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਬੁਲਾ ਲਿਆ ਤੇ ਇਹ ਸਾਰਾ ਮਾਹੌਲ ਦੇਖ ਕੇ ਇੰਜ ਵੀ ਲੱਗ ਰਿਹਾ ਹੈ ਕਿ ਜਿਵੇਂ ਮੁੱਖ ਮੰਤਰੀ ਨੇ ਜਿਹੜੇ ਉਹ ਇੰਨੇ ਹੀ ਵੇਲੇ ਹੋਣ ਕਿ ਹਾਈ ਕਮਾਂਡ ਜਦੋਂ ਚਾਹੇ ਉਹਨਾਂ ਨੂੰ ਦਿੱਲੀ ਸੱਦ ਲੈਂਦੀ ਹੈ ਤੇ ਚਰਨਜੀਤ ਸਿੰਘ ਚੰਨੀ ਵੀ ਭੱਜੇ ਭੱਜੇ ਜਾਂਦੇ ਨੇ ਕੱਲ ਸ਼ਾਮ ਨੂੰ ਉਹ ਗਏ ਤੜਕੇ ਵਾਪਸ ਆਏ ਕੱਲ ਸ਼ਾਮ ਨੂੰ ਗਏ ਸਰਕਾਰੀ ਜਹਾਜ਼ ਰਾਹੀਂ ਆਏ ਉਹ ਗੱਡੀ ਤੇ ਤੇ ਅੱਜ ਵਾਲੀ ਯਾਤਰਾ ਜਿਹੜੀ ਉਹ ਵੀ ਉਹਨਾਂ ਦੀ ਚਾਲੂ ਹੈ ਜਿਹੜੀ ਉਹ ਹੋ ਗਈ ਹੈ ਸੂਬੇ ਦਾ ਖਜ਼ਾਨਾ ਜਿਹੜਾ ਹੈਗਾ ਉਹ ਹੈ ਜਿਹੜਾ ਉਹ ਮੰਤਰੀਆਂ ਦੀਆਂ ਫੇਰੀਆਂ ਕਿਉਂਕਿ ਫੇਰੀ ਜਦੋਂ ਹੁੰਦੀ ਹੈ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਸੀਐਮ ਨੇ ਤਾਂ ਉਹਦੀ ਸਿਕਿਉਰਿਟੀ ਤੇ ਇਹ ਨਾ ਖਰਚਾ ਜਿਹੜਾ ਹੋ ਜਾਂਦਾ ਹੁੰਦਾ ਸੋ ਹਾਈ ਕਮਾਂਡ ਇਹ ਗੱਲ ਫੋਨ ਤੇ ਵੀ ਕਰ ਸਕਦੀ ਹੈ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਕਿ ਵਾਰੀ-ਵਾਰੀ ਸੀਐਮ ਨੂੰ ਦਿੱਲੀ ਬੁਲਾਇਆ ਜਾ ਰਿਹਾ ਫਿਰ ਵੀ ਕੋਈ ਹੱਲ ਕੋਈ ਨਤੀਜੇ ਤੇ ਨਹੀਂ ਪਹੁੰਚਿਆ ਜਾ ਰਿਹਾ ਸੂਤਰ ਦੱਸਦੇ ਨੇ ਕਿ ਜਿਹੜੇ ਮੰਤਰੀ ਨਵੇਂ ਬਣਾਏ ਜਾਣੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਪ੍ਰਗਟ ਸਿੰਘ ਦਾ ਨਾਮ ਹੈ ਜਿਹੜਾ ਉਹ ਪੱਕੇ ਤੌਰ ਤੇ ਫਾਈਨਲ ਹੋ ਹੀ ਗਿਆ ਹੈ ਇਸ ਤੋਂ ਬਿਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਰਾਹੁਲ ਗਾਂਧੀ ਦੇ ਕਾਫੀ ਨੇੜੇ ਦੱਸੀ ਜਾਂਦੇ ਨੇ ਤੇ ਇਸ ਵਾਰੀ ਜਿਹੜੀ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਸ਼ਾਮਿਲ ਕਰਨੇ ਨੇ ਉਹ ਰਾਹੁਲ ਗਾਂਧੀ ਦੇ ਨੇੜਲੇ ਮੰਤਰੀ ਹੀ ਨੇੜਲੇ ਜਿਹੜੇ ਵਿਧਾਇਕ ਹੈਗੇ ਨੇ ਉਹ ਹੀ ਸ਼ਾਮਿਲ ਕੀਤੇ ਜਾ ਰਹੇ ਨੇ ਰਾਜਕੁਮਾਰ ਵੇਰਕਾ ਨੂੰ ਵੀ ਕਹਿੰਦੇ ਥਾਂ ਜਿਹੜੀ ਮਿਲਨੀ ਕੈਬਨਿਟ ਦੇ ਵਿੱਚ ਲਗਭਗ ਤੈਅ ਹੋ ਗਈ ਹੈ ਸੰਗਤ ਸਿੰਘ ਗਿੱਲ ਜੀਆ ਰਣਦੀਪ ਨਾਭਾ ਅਤੇ ਸੁਜੀਤ ਸਿੰਘ ਧਿਮਾਨ ਸੱਤ ਜਿਹੜੇ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਨੂੰ ਮੰਤਰੀਆਂ ਦੀਆਂ ਕੁਰਸੀਆਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਪਰ ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਉਹ ਵੀ ਕਈ ਦਿੱਲੀ ਜਾ ਕੇ ਬੈਠੇ ਹੋਏ ਨੇ ਆਪਣੀ ਜਿਹੜੀ ਕੁਰਸੀ ਹੈ ਉਹ ਬਚਾਉਣ ਦੇ ਲਈ ਪੂਰਾ ਦਬਾਅ ਹਾਈ ਕਮਾਂਡ ਤੇ ਬਣਾਇਆ ਜਾ ਰਿਹਾ ਤੇ ਕਹਿੰਦੇ ਇੱਕ ਮਾਲਵੇ ਦੇ ਮੰਤਰੀ ਤੇ ਹੀ ਪੇਚ ਫਸਿਆ ਹੋਇਆ ਹੈ ਮਾਲਵੇ ਤੋਂ ਜਿਹੜਾ ਮੁੱਖ ਨਾਮ ਆਉਂਦਾ ਗੁਰਪ੍ਰੀਤ ਸਿੰਘ ਕਾਂਗੜ ਦਾ ਉਹਨਾਂ ਦੀ ਵਜ਼ੀਰੀ ਦੇ ਉੱਤੇ ਹੀ ਤਲਵਾਰ ਹੈ ਜਿਹੜੀ ਉਹ ਲਟਕ ਰਹੀ ਹੈ ਤੇ ਜਿਹੜੇ ਨਾਮ ਕੱਢਣ ਦੇ ਵਿੱਚ ਕੱਢ ਵਾਲਿਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਵਿੱਚ ਤਕਰੀਬਨ ਤਕਰੀਬਨ ਨਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਖੇਡ ਮੰਤਰੀ ਸੁੰਦਰ ਸ਼ਾਮ ਅਰੋੜਾ ਸਾਧੂ ਸਿੰਘ ਧਰਮਸੋਤ ਕੁੱਟਾਲਿਆਂ ਦੇ ਵਿੱਚ ਵੀ ਇਹਨਾਂ ਦੇ ਨਾਮ ਸਾਹਮਣੇ ਆ ਰਹੇ ਨੇ ਇਹਨਾਂ ਤੇ ਕਹਿੰਦੇ ਲਗਭਗ ਛਾਂਟੀ ਦੀ ਤਲਵਾਰ ਹੈ ਜਿਹੜੀ ਉਹ ਲਟਕ ਰਹੀ ਹੈ ਇਸ ਦੇ ਨਾਲ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਮ ਵੀ ਆ ਰਿਹਾ ਹੈ ਬ੍ਰਹਮਹਿੰਦਰਾ ਨੂੰ ਨਵੇਂ ਸਪੀਕਰ ਬਣਾਏ ਜਾਣ ਦੀ ਸਹਿਮਤੀ ਹੈ ਜਿਹੜੀ ਉਹ ਤਕਰੀਬਨ ਬਣ ਗਈ ਹੈ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਦਿੱਲੀ ਪਹੁੰਚੇ ਸੁਨੀਲ ਜਾਖੜ ਦੇ ਨਾਲ ਵੀ ਬੈਠਕ ਕੀਤੀ ਹੈ ਸੁਨੀਲ ਜਾਖੜ ਕਾਫੀ ਰੁੱਸੇ ਹੋਏ ਨੇ ਸੁਨੀਲ ਜਾਖੜ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਾਈ ਕਮਾਂਡ ਦੇ ਵਿੱਚ ਕੋਈ ਵੱਡਾ ਅਹੁਦਾ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਸੰਗਤ ਸਿੰਘ ਗਿੱਲ ਜੀਆ ਗੁਰਕੀਰਤ ਸਿੰਘ ਕੋਰਟ ਲਈ ਇਹਨਾਂ ਵਿਧਾਇਕਾਂ ਨੇ ਵੀ ਦਿੱਲੀ ਡੇਰੇ ਲਾਏ ਹੋਏ ਨੇ ਤਾਂ ਕਿ ਵਜ਼ੀਰੀ ਹੈ ਜਿਹੜੀ ਉਹ ਇਹਨਾਂ ਦੇ ਹੱਥ ਵਿੱਚ ਆ ਜਾਵੇ ਪ੍ਰਗਟ ਸਿੰਘ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬੇ ਖੇ ਪਹੁੰਚੇ ਨੇ ਪ੍ਰਗਟ ਸਿੰਘ ਨੇ ਜਿਹੜਾ ਹੈਗਾ ਉੱਥੇ ਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਕਿਉਂਕਿ ਪ੍ਰਗਟ ਸਿੰਘ ਨੂੰ ਜਿਹੜਾ ਜਰਨਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ ਉਸ ਤੋਂ ਬਾਅਦ ਹੁਣ ਸ਼ਾਇਦ ਉਹਨਾਂ ਨੂੰ ਇਹ ਕਲੂ ਦੇ ਦਿੱਤਾ ਗਿਆ ਹੋਣਾ ਕਿ ਤੁਹਾਡੀ ਵਜ਼ੀਰੀ ਹੈ ਜਿਹੜੀ ਉਹ ਤੈ ਹੈ ਇਸ ਸਭ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕੱਲ ਦੇ ਤਸਵੀਰ ਵਿੱਚੋਂ ਗਾਇਬ ਦਿਖ ਰਹੇ ਨੇ ਨਾਹੀਂ ਚਰਨਜੀਤ ਸਿੰਘ ਚੰਨੀ ਨਾਲ ਕੱਲ ਦਿਖੇ ਤੇ ਨਾਹੀਂ ਉਹ ਅੱਜ ਦਿਖੇ ਨੇ ਦਿੱਲੀ ਗਏ ਨੇ ਚੰਨੀ ਕੱਲ ਵੀ ਕੱਲੇ ਗਏ ਨੇ ਵਾਪਸ ਵੀ ਕੱਲੇ ਆਏ ਤੇ ਅੱਜ ਵੀ ਉਹ ਕੱਲੇ ਗਏ ਨੇ ਨਵਜੋਤ ਸਿੰਘ ਸਿੱਧੂ ਜਾਂ ਤਾਂ ਫਿਰ ਆਰਾਮ ਕਰ ਰਹੇ ਨੇ ਜਾਂ ਫਿਰ ਕੋਈ ਨਾ ਕੋਈ ਜਿਹੜਾ ਸੁਨੇਹਾ ਮਿਲ ਗਿਆ ਹੋਵੇਗਾ ਜਿਵੇਂ ਮੀਡੀਆ ਨੇ ਬੜੀਆਂ ਇਹੋ ਜਿਹੀਆਂ ਖਬਰਾਂ ਖਿੱਚੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਇਸ਼ਾਰਿਆਂ ਤੇ ਚਲਾ ਰਹੇ ਨੇ ਕੈਪਟਨ ਨੇ ਵੀ ਕਹਿ ਦਿੱਤਾ ਸੀ ਕਿ ਸਿੱਧੂ ਸੁਪਰ ਵੰਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਤਰ੍ਹਾਂ ਬਿਹੇਵ ਕਰ ਰਿਹਾ ਹੈ ਤੇ ਜੇ ਅਜਿਹਾ ਕਰਦਾ ਰਿਹਾ ਤਾਂ ਪੰਜਾਬ ਕਾਂਗਰਸ ਫੇਲ ਹੋ ਜਾਏਗੀ ਸੋ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਦਰਮਿਆਨ ਇਹ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਹਾਲੇ ਵੀ ਪੰਜਾਬ ਕਾਂਗਰਸ ਦਾ ਜਿਹੜਾ ਕਲੇਸ਼ ਹੈ ਉਸਨੇ ਹਾਈ ਕਮਾਂਡ ਨੂੰ ਭਾਜਣਾ ਪਾਈਆਂ ਹੋਈਆਂ ਨੇ ਕਦੇ ਸਿੱਧੂ ਰੁਸ ਕੇ ਬਹਿ ਜਾਂਦੇ ਨੇ ਸਿੱਧੂ ਦੇ ਮਨ ਦੀ ਮੁਰਾਦ ਪੂਰੀ ਹੋਈ ਤਾਂ ਕੈਪਟਨ ਰੁਸ ਗਏ ਨੇ ਤੇ ਕੈਪਟਨ ਦੇ ਨਾਲ-ਨਾਲ ਸੁਨੀਲ ਜਾਖੜ ਵੀ ਰੁਸ ਗਏ ਨੇ ਤੇ ਕਲੇਸ਼ ਹੈ ਜਿਹੜਾ ਉਹ ਵਾਧਾ ਹੀ ਜਾ ਰਿਹਾ ਹੈ ਉਸ ਨੂੰ ਥੰਮਣ ਦੇ ਵਿੱਚ ਕੋਈ ਵੀ ਚਾਹੇ ਪੰਜਾਬ ਦੇ ਲੀਡਰ ਹੋਣ ਜਾਂ ਫਿਰ ਹਾਈ ਕਮਾਂਡ ਉਹ ਕਾਮਯਾਬ ਨਹੀਂ ਹੋ پا ਰਹੇ ਇਸ ਦਰਮਿਆਨ ਲੋਕ ਇਸੇ ਗੱਲ ਦੀ ਉਡੀਕ ਕਰ ਰਹੇ ਨੇ ਕਿ ਸ਼ਾਇਦ ਕਿਸੇ ਦਿਨ ਇਹਨਾਂ ਦੇ ਪਾਰਟੀ ਦੇ ਅੰਦਰ ਸ਼ਾਂਤੀ ਫੈਸਰੂਗੀ ਤੇ ਸਾਡੇ ਬਾਰ ਕੁਝ ਸੋਚੇਗੀ ਨਵੀਂ ਸਰਕਾਰ ਧੰਨਵਾਦ